ਅਸਲਾਮੁਆਲਿਕਮ ਦੋਸਤੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੋਸਤਾਂ ਨੂੰ ਇਹ ਗੱਲ ਕਰ ਦਵਾ ਕਲੀਅਰ ਜਿਹੜੀ ਤੁਹਾਡੇ ਸਾਹਮਣੇ ਹੈ ਨਾ ਗੈਰ ਆਬਾਦ ਜ਼ਮੀਨ ਨਿੱਕੇ ਨਿੱਕੇ ਮਿੱਟੀ ਵਾਲੇ ਟੀਲੇ ਹੈ ਨਿੱਕੇ ਨਿੱਕੇ ਮਿੱਟੀ ਦੇ ਪਹਾੜੀਆਂ ਦੋਸਤੋ ਇਹ ਛੋਟੇ ਛੋਟੇ ਮਿੱਟੀ ਵਾਲੇ ਟੀਲੇ ਨੇ ਕਿ ਜਿਆਦਾ بڑے ਨਹੀਂ ਹੈਗੇ ਤੇ ਪਹਿਲੇ ਚਕਵਾਲ ਦੇ ਇਲਾਕੇ ਚ ਸਾਰੀਆਂ ਜ਼ਮੀਨਾਂ ਇਸ ਤਰ੍ਹਾਂ ਹੀ ਹੁੰਦੀਆਂ ਸਨ ਜਿੱਥੇ ਕਿ ਲੋਕ ਹੁਣ ਬਗਾਤ ਲਗਾ ਰਹੇ ਨੇ ਗੰਧਮ ਕਸ਼ਤ ਕਰਦੇ ਪੈ ਨੇ ਹਾਰੇ ਫਸਲ ਉੱਤੇ ਉਹ ਕਾਸ਼ਤ ਕਰਦੇ ਪਏ ਨੇ ਉਹ ਜ਼ਮੀਨਾਂ ਪਹਿਲੇ ਇਸ ਤਰ੍ਹਾਂ ਹੀ ਸਨ ਇੰਦੇ ਵਿੱਚ ਨਾ ਕੋਈ ਰੇਤ ਨਾ ਕੋਈ ਪੱਥਰ ਨਾ ਕੋਈ ਕੰਕਰ ਯਾਨੀ ਕਿ ਖਾਲਸ ਮਿੱਟੀ ਹੈ ਆਪਾਂ ਸਿਰਫ ਇੰਦੇ ਤੇ ਮਿਹਨਤ ਕਰਨੀ ਹੈ ਤੇ ਮੈਂ ਇਹ ਜ਼ਮੀਨ ਚੰਦ ਦਿਨ ਪਹਿਲੇ ਦੋਸਤਾਂ ਨੂੰ ਮ ਦਿਖਾਈ ਸੀ ਤੇ ਦੋਸਤਾਂ ਨੂੰ ਮ ਇਹ ਗੱਲ ਕੀਤੀ ਸੀ ਕਿ ਇਹ ਅੱਜ ਦੇ ਦੌਰ ਦੇ ਕਾਫੀ ਸਸਤੀ ਜ਼ਮੀਨ ਆਪਾਂ ਨੂੰ ਮਿਲਦੀ ਪਈ ਹੈ ਦੋਸਤਾਂ ਨੂੰ ਮ ਇਹ ਗੱਲ ਕੀਤੀ ਸੀ ਬਾਰ-ਬਾਰ ਅੱਜ ਫਿਰ ਮ ਇਹ ਗੱਲ ਕਰਦਾ ਪਿਆ ਕਿ ਆਪਾਂ ਨੂੰ ਇਹ ਅੱਜ ਦੇ ਦੌਰ ਦੀ ਕਾਫੀ ਸਸਤੀ ਜ਼ਮੀਨ ਮਿਲਦੀ ਪਈਏ ਇਹ ਪਰਾਵਾਂ ਦੇ ਸਾਹਮਣੇ ਅਗਰ ਆਪਾਂ ਨੂੰ ਹੁਣ ਸਸਤੀ ਜ਼ਮੀਨ ਮਿਲਦੀ ਹੈ ਨਾ ਉਹਦੀ ਮਿੱਟੀ ਇਸ ਤਰ੍ਹਾਂ ਖਾਲਸ ਨਹੀਂ ਹੁੰਦੀ ਉਧਰ ਤੋਂ ਬਿਜਲੀ ਕਾਫੀ ਦੂਰ ਹੁੰਦੀ ਹੈ ਹਰ ਚੀਜ਼ ਉਥੋਂ ਕਾਫੀ ਦੂਰ ਹੁੰਦੀ ਹੈ ਰਸਤੇ ਦੀ ਸਹੂਲਤ ਨਹੀਂ ਹੁੰਦੀ ਇੱਥੇ ਦੋਸਤਾਂ ਨੂੰ ਹਰ ਇੱਕ ਚੀਜ਼ ਦੀ ਸਹੂਲਤ ਮੌਕੇ ਤੇ ਮਿਲਦੀ ਪਈਏ ਤੇ ਸਭ ਤੋਂ ਵੱਡੀ ਗੱਲ ਇਹ ਗੱਲ ਤੇ ਚਾਰ ਦਿਨ ਪਹਿਲੇ ਜਦੋਂ ਮੈਂ ਇਹ ਵੀਡੀਓ ਅਪਲੋਡ ਕੀਤੀ ਸੀ ਨਾ ਉਦੋਂ ਵੀ ਮੈਂ بار بار ਇਹ ਗੱਲ ਕੀਤੀ ਸੀ ਕਿ 15 ਮਿੰਟ ਦਾ ਸਫਰ ਹੈ ਮੋਟਰਵੇ ਤੱਕ ਯਾਨੀ ਕਿ ਮੋਟਰਵੇ ਦੇ ਕਰੀਬ ਖਾਸ ਤੌਰ ਤੇ ਮੋਟਰਵੇ ਦੇ ਕਰੀਬ ਆਪਾਂ ਨੂੰ ਇੰਨੀ ਸਸਤੀ ਜ਼ਮੀਨ ਨਹੀਂ ਮਿਲਣੀ ਹੈਗੀ ਜੇ 15 ਮਿੰਟ ਦਾ ਫਾਸਲਾ ਹੈ ਮੋਟਰਵੇ ਤੱਕ ਤੇ ਆਪਣੇ ਕੋਲ ਜਿਹੜੀ ਇਹ ਜ਼ਮੀਨ ਹੈਗੀ ਨਾ ਇਨਕੀਆਂ-ਨਕੀਆਂ ਮਿੱਟੀ ਦੀਆਂ ਪਾਰੀਆਂ ਬਿਲਕੁਲ ਛੋਟੀਆਂ-ਛੋਟੀਆਂ ਯਾਨੀ ਕਿ ਛੋਟੇ-ਛੋਟੇ ਮਿੱਟੀ ਦੇ ਟੀਲੇ ਨੇ ਬਾਕੀ ਜ਼ਮੀਨ ਜ਼ਰਖੈਜ਼ ਹੈ ਯਾਨੀ ਕਿ ਮੇਰਾ ਜ਼ਮੀਨ ਹੈ ਇਹ ਚਾਰੀਆਂ ਹਰਿਆਲੀ ਇਹ ਹਰੀਆਂ ਬਰੀਆਂ ਇਹ ਜੜੀਆਂ ਬੂਟੀਆਂ ਹੈ ਇਹ ਹਰਿਆਲੀ ਇੱਕ ਅੱਛੀ ਜ਼ਮੀਨ ਦੀ ਪਹਿਚਾਨ ਹੁੰਦੀ ਹੈ ਤੇ نیچے 70 ਫੁੱਟ ਤੇ ਦੋਸਤਾਂ ਨੂੰ ਸ਼ਰਤਾਂ ਮਿੱਠਾ ਪਾਣੀ ਤੇ ਬੇਸ਼ੁਮਾਰ ਪਾਣੀ ਮਿਲਣਾ ਹੈ ਸਭ ਤੋਂ ਵੱਡੀ ਗੱਲ ਹੁੰਦੀ ਕਿ ਪਾਣੀ نیچے ਹੈ ਮਿੱਠਾ ਹੈ ਅਗਰ ਨੀਚੇ ਪਾਣੀ ਮਿੱਠਾ ਹੈ ਨਾ ਤੇ ਉਸ ਜ਼ਮੀਨ ਚੰਗੀ ਹੁੰਦੀ ਏ ਯਾਨੀ ਕਿ ਸਿਰਫ ਆਪਾਂ ਇਹ ਜ਼ਮੀਨ ਸਿੱਧੀ ਬਦਲੀ ਕਰਨੀ ਤੇ ਪਹਿਲੇ तमाम ਜ਼ਮੀਨਾਂ ਇਵੇਂ ਸਨ ਜਿਹੜੀਆਂ ਲੋਕ ਸਿੱਧੀਆਂ ਬਦਲੀਆਂ ਕਰਕੇ ਨਾ ਤੇ ਆਪਣੀ ਉੱਥੇ ਹਰ ਫਸਲ ਉਗਾ ਰਹੇ ਨੇ ਕਿ ਗੱਲ ਕਰਨ ਦਾ ਮਕਸਦ ਇਹ ਕਿ ਇਹ ਨਹੀਂ ਕਿ ਆਪਾਂ ਬਾਰ ਬਾਰ ਜ਼ਮੀਨ ਦੀ ਤਾਰੀਫ ਕਰਦੇ ਪਏ ਆ ਸਿਰਫ ਇੱਕ ਸਹੀ ਗੱਲ ਤੁਹਾਡੇ ਸਾਹਮਣੇ ਲਈ ਆਣੇ ਆ ਤਾਂ ਕਿ ਕੋਈ ਇੰਜ ਨਾ ਹੋਵੇ ਕਿ ਕਿਸੇ ਮੇਰੇ ਦੋਸਤ ਨੂੰ ਯਾਨੀ ਕਿ ਕਿਸੇ ਮੇਰੇ ਦੋਸਤ ਨੇ ਇਹ ਜ਼ਮੀਨ ਖਰੀਦ ਨਹੀਂ ਹੁਈ ਕਿ ਕਈ ਮੇਰੇ ਦੋਸਤ ਇਹ ਜ਼ਮੀਨ ਲੱਭਦੇ ਹੀ ਫਿਰਦੇ ਹੁੰਦੇ ਨੇ ਲੇਕਿਨ ਉਹਨਾਂ ਨੂੰ ਹਕੀਕਤ ਦਾ ਨਹੀਂ ਪਤਾ ਹੁੰਦਾ ਕਿ ਇਹ ਜ਼ਮੀਨ ਅਸੀਂ ਇਸਤੇਮਾਲ ਕਰ ਸਕਨੇ ਆ ਇਹਦੇ ਵਿੱਚ ਕੋਈ ਮਸਲਾ ਤਾਂ ਨਹੀਂ ਹੈਗਾ ਸਿਰਫ ਇਸ ਚੀਜ਼ ਦੀ ਪਰੇਸ਼ਾਨੀ ਹੁੰਦੀ ਹੈ ਬਾਕੀ ਇਸ ਤਰ੍ਹਾਂ ਦੀ ਜ਼ਮੀਨ ਮੇਰੇ ਕਈ ਦੋਸਤ ਤਲਾਸ਼ ਕਰਦੇ ਹੀ ਫਿਰਦੇ ਨੇ ਤੇ ਇਸ ਵਾਸਤੇ ਮੈਂ ਤੁਹਾਨੂੰ ਬਿਲਕੁਲ ਸਿੱਧੀ ਤੇ ਕਲੀਅਰ ਗੱਲ ਕਰਦਾ ਪਿਆ ਕਿ ਅੱਛੀ ਤੇ ਖਾਲਸ ਮਿੱਟੀ ਵਾਲੀ ਇਹ ਜ਼ਮੀਨ ਹੈ ਆਪਣੇ ਕੋਲੇ ਬਿਲਕੁਲ ਛੋਟੇ ਛੋਟੇ ਮਿੱਟੀ ਵਾਲੇ ਟੀਲੇ ਨੇ ਇਹ ਪੱਧਰ ਹੋ ਜਾਣਗੇ ਤੇ ਜ਼ਮੀਨ ਤੁਹਾਡੇ ਸਾਹਮਣੇ ਇੱਕ ਨੰਬਰ ਤਿਆਰ ਹੋ ਕੇ ਆ ਜਾਏਗੀ ਤੇ ਮੇਰੇ ਦੋਸਤਾਂ ਨੂੰ ਇਹ ਵੀ ਪਤਾ ਹੋਣਾ ਕਿ ਜ਼ਮੀਨ ਇੰਦੇ ਵਿੱਚ ਪਲਾਨ ਵੀ ਹੈਗੀ ਹੈ ਇੰਦੇ ਵਿੱਚ ਬਰਾਬਰ ਜ਼ਮੀਨ ਵੀ ਹੈਗੀ ਹੈ ਮੈਂ ਦੋਸਤਾਂ ਨੂੰ ਤਿੰਨ ਚਾਰ ਦਿਨ ਪਹਿਲੇ ਇਹ ਜ਼ਮੀਨ ਦਿਖਾਈ ਸੀ ਨਾ ਦੁਬਾਰਾ ਫਿਰ ਮੈਂ ਇਹ ਜ਼ਮੀਨ ਦਖਾਉਂਦਾ ਪਿਆ ਕਿਉਂਕਿ ਇਹ ਮਾਸ਼ੱਲਾ ਅੱਜ ਦੇ ਦੌਰ ਦਾ ਕਾਫੀ ਅੱਛਾ ਮੌਕਾ ਹੈ ਤੇ ਕਾਫੀ ਸਸਤਾ ਮੌਕਾ ਹੈ ਇੰਦੀ ਵਿੱਚ ਜ਼ਮੀਨ ਪਲਾਨ ਵੀ ਹੈਗੀ ਏ ਤੇ ਇਸ ਤਰ੍ਹਾਂ ਥੋੜੀ ਉੱਚੀ ਨੀਵੀ ਵੀ ਹੈਗੀ ਆ ਆਪਾਂ ਹਰ ਇੱਕ ਚੀਜ਼ ਪਰਾਵਾਂ ਨੂੰ ਇੱਕ ਕੈਮਰੇ ਦੀ ਨਜ਼ਰ ਦਿਖਾ ਦੇਣੀ ਹੈ ਇਹ ਵੇਖੋ ਅਰੇ ਬਰੇ ਇੱਕ ਇੱਕ ਕਰ ਹਰੀ ਬਰੀ ਇੱਕ ਘਾਹ ਫੂਸ ਇੱਕ ਅੱਛੀ ਜ਼ਮੀਨ ਦੀ ਪਹਿਚਾਨ ਹੁੰਦੀ ਹੈ ਖਾਲਸ ਮਿੱਟੀ ਵਾਲੀ ਜ਼ਮੀਨ ਦੀ ਇਹ ਪਹਿਚਾਨ ਹੁੰਦੀ ਹੈ ਦੋਸਤੋ ਆਪਣੀ ਮੂਵੀ ਇਸ ਵਾਰ ਸੋ ਥੋੜੀ ਲੰਮੀ ਹੈ ਕਿਉਂਕਿ ਆਪਾਂ ਜ਼ਮੀਨ ਤੁਹਾਨੂੰ ਸਾਰੀ ਵਖਾਣੀ ਹੈ ਕਿਉਂਕਿ ਇਹ 1300 ਕਨਾਲ ਜ਼ਮੀਨ ਹੈ ਤੇ ਮਾਸ਼ਾਅੱਲਾ ਇਹ 100 ਤੇ 56.5 ਏਕੜ ਜ਼ਮੀਨ ਬਣਦੀ ਪਈ ਹੈ ਯਾਨੀ ਕਿ ਤਕਰੀਬਨ 6.5 ਮਰੱਬੇ ਇਹ ਜ਼ਮੀਨ ਬਣਦੀ ਪਈ ਹੈ 6.5 ਮਰੱਬੇ ਕਹਿ ਸਕਦੇ ਜੀ 162 ਏਕੜ ਕਹਿ ਸਕਦੇ ਜੀ 1300 ਕਨਾਲ ਕਹਿ ਸਕਦੇ ਜੀ ਆਪਾਂ ਤੁਹਾਨੂੰ ਜ਼ਮੀਨ ਦਾ ਹਰ ਇੱਕ ਹਿੱਸਾ ਤਸੱਲੀ ਨਾਲ ਵਿਖਾਣਾ ਹੈ ਤੇ ਆਪਣੀ ਗੱਲ ਨੋਟ ਕਰਨੀ ਹੈ ਕਿ ਆਪਣੀ ਜ਼ਮੀਨ ਤੂੰ ਸਿਰਫ 15 ਮਿੰਟ ਦਾ ਫਾਸਲਾ ਹੈ ਜੇ ਮੋਟਰਵੇਅ ਤੱਕ ਯਾਨੀ ਕਿ ਮੋਟਰਵੇ ਦੇ ਕਰੀਬ ਆਪਾਂ ਨੂੰ ਇੰਨਾ ਸਸਤਾ ਮੌਕਾ ਮਿਲਦਾ ਪਿਆ ਇਸ ਵਾਸਤੇ ਮੈਂ ਵੀਡੀਓ ਦੁਬਾਰਾ ਅਪਲੋਡ ਕਰਦਾ ਪਿਆ ਹੁਣ ਤੁਹਾਨੂੰ ਦੋਸਤੋ ਨੂੰ ਮੈਂ ਜ਼ਮੀਨ ਦਾ ਉਹ ਹਿੱਸਾ ਦਿਖਾ ਰਿਹਾ ਜਿੱਥੇ ਕਿ ਜ਼ਮੀਨ ਪਲਾਨ ਵੀ ਹੈਗੀ ਏ ਤੇ ਜਿੱਥੇ ਜ਼ਮੀਨ ਮਾਲਕ ਨੇ ਕੁਝ ਹਿੱਸਾ ਆਬਾਦ ਵੀ ਕੀਤੀ ਹੋਈ ਏ ਜਿੱਥੇ ਕਿ ਰਸਤਾ ਸਰਕਾਰੀ ਹੈ ਯਾਨੀ ਕਿ ਫਰੰਟ ਵਾਲੀ ਸਾਈਡ ਤੇ ਆਪਾਂ ਆ ਗਏ ਆ ਇੱਥੇ ਰਸਤਾ ਹੈਗਾ ਆਪਣੀ ਜ਼ਮੀਨ ਦਾ ਜਦਾ ਕਿ ਰਸਤਾ ਸਰਕਾਰੀ ਹੈ ਸਾਹਮਣੇ ਗੱਡੀ ਖੜੀ ਹੈ ਇੱਥੋਂ ਸਿਰਫ ਅੱਧਾ ਕਿਲੋਮੀਟਰ ਫਾਸਲਾ ਹੈ ਪੱਕੇ ਰੋਡ ਦਾ ਤੇ ਪੱਕਾ ਰੋਡ ਆਪਾਂ ਦੋਸਤਾਂ ਨੂੰ ਦਿਖਾਇਆ ਸੀ ਪਿਛਲੀ ਮੂਵੀ ਦੇ ਅੰਦਰ ਯਾਨੀ ਕਿ ਹੁਣ ਵੀ ਆਪਾਂ ਤੁਹਾਨੂੰ ਪੱਕਾ ਰੋਡ ਦਿਖਾਣਾ ਹੈ ਕਿ ਕਿੰਨਾ ਫਾਸਲਾ ਹੈ ਆਪਾਂ ਇੱਥੋਂ ਵੀਡੀਓ ਸ਼ੁਰੂ ਕਰ ਲੈਣੀ ਹੈ ਆਪਾਂ ਗੱਡੀ 'ਚ ਬੈਠ ਕੇ ਇੱਥੋਂ ਸ਼ੁਰੂ ਕਰ ਲੈਣੀ ਵੀਡੀਓ ਪੱਕੇ ਰੋਡ ਤੱਕ ਆ ਵੇਖੋ ਇਹ ਮਾਲਕ ਨੇ ਕੁਝ ਇਸਾ ਇੰਦੇ ਵਿੱਚ ਆਬਾਦ ਕੀਤਾ ਹੋਇਆ ਜੀ ਯਾਨੀ ਕਿ ਇਹ ਵੀ ਆਪਣੀ ਜ਼ਮੀਨ ਦਾ ਹਿੱਸਾ ਹੈ ਆਪਣੀ 1300 ਕਨਾਲ ਜ਼ਮੀਨ ਦੇ ਅੰਦਰ ਇਹ ਹਿੱਸਾ ਸ਼ਾਮਿਲ ਹੈ ਇਹ तमाम ਜ਼ਮੀਨ ਸਜੇ ਖਬੇ ਮੈਂ ਕੈਮਰਾ ਘੁਮਾ ਕੇ ਦਿਖਾ ਰਿਹਾ ਨਾ ਇਹ ਸਾਰੀ ਆਪਣੀ ਜ਼ਮੀਨ ਹੈ ਜਿੱਥੇ ਆਪਣੀ ਗੱਡੀ ਖੜੀ ਸੀ ਉਹ ਵੇਖੋ ਸਾਹਮਣੇ ਖੰਭਾ ਬਿਜਲੀ ਵਾਲਾ ਨਜ਼ਰ ਆ ਗਿਆ ਹੋਣਾ ਹੈ ਉਹ ਸਾਹਮਣੇ ਆ ਵੇਖੋ ਮਜ਼ੂਮ ਕਰਦਾ ਪਿਆ ਆ ਵੇਖੋ ਬਿਜਲੀ ਵਾਲਾ ਖੰਭਾ ਇੱਥੇ ਜੇ ਪੱਕਾ ਕਾਰਪਟ ਰੋਡ ਤੇ ਆਪਣੀ ਜ਼ਮੀਨ ਦਾ ਕਾਰਪਟ ਰੋਡ ਤੂੰ ਸਿਰਫ ਅੱਧਾ ਕਿਲੋਮੀਟਰ ਫਾਸਲਾ ਜੀ ਤੇ ਜਿਹੜਾ ਅੱਧਾ ਕਿਲੋਮੀਟਰ ਫਾਸਲਾ ਹੈਗਾ ਨਾ ਆਪਾਂ ਦੋਸਤਾਂ ਨੂੰ ਗੱਡੀ ਦੇ ਵਿੱਚ ਬੈਠ ਕੇ ਲਾਈਵ ਦਿਖਾਣਾ ਹੈ ਯਾਨੀ ਕਿ ਆਪਾਂ ਇੱਥੋਂ ਮੂਵੀ ਸ਼ੁਰੂ ਕਰ ਲੈਣੀ ਹੈ ਗੱਡੀ ਦੇ ਵਿੱਚ ਬੈਠ ਕੇ ਤੇ ਦੋਸਤਾਂ ਨੂੰ ਆਪਾਂ ਤੋੜ ਰਸਤੇ ਤੱਕ ਦਿਖਾਣੀ ਵੀਡੀਓ ਤਾਂ ਕਿ ਰਸਤਾ ਦੋਸਤ ਦੇਖ ਲਵਣ ਤੇ ਇਹ ਵੀ ਖੁਦ ਅੰਦਾਜ਼ਾ ਲਗਾ ਲਵੋ ਨਾ ਕਿ ਪੱਕੇ ਰੋਡ ਦਾ ਆਪਣੀ ਜ਼ਮੀਨ ਤੋਂ ਕਿੰਨਾ ਫਾਸਲਾ ਹੈ ਤੇ ਬਾਕੀ ਜਿਹੜੀ ਗੱਲ ਹੈਗੀ ਖਾਸ ਉਹ ਮੈਂ ਕਰਦਾ ਪਿਆ বারবার ਕਿ ਸਿਰਫ 15 ਮਿੰਟ ਦੇ ਫਾਸਲੇ ਤੇ ਦੋਸਤਾਂ ਨੂੰ ਮਿਲੇਗਾ ਮੋਟਰਵੇ ਮੋਟਰਵੇ ਤੋਂ ਆਪਣੀ ਜ਼ਮੀਨ ਸਿਰਫ 15 ਮਿੰਟ ਦੇ ਫਾਸਲੇ ਦੇ ਵਿੱਚ ਮੌਜੂਦ ਹੈਗੀ ਜੀ ਦੋਸਤੋ ਇਹ ਤਹਿਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਜੀ ਜ਼ਿਲ੍ਹਾ 20 ਚਕਵਾਲ ਤਹਿਸੀਲ 20 ਚਕਵਾਲ ਮੋਟਰਵੇ ਤੂੰ ਸਿਰਫ 15 ਮਿੰਟ ਦਾ ਫਾਸਲਾ ਇਹ ਦੋਸਤੋ ਹੁਣ ਤੁਸੀਂ ਖਿਆਲ ਰੱਖਣਾ ਜੀ ਆਪਾਂ ਆਪਣੀ ਜ਼ਮੀਨ ਚੋਂ ਨਿਕਲਦੇ ਪਏ ਆ ਰਸਤਾ ਸਰਕਾਰੀ ਆਪਾਂ ਆਪਣੀ ਜ਼ਮੀਨ ਚੋਂ ਨਿਕਲਦੇ ਪਏ ਆ ਆਪਾਂ ਜਾ ਰਹੇ ਆ ਕਾਰਪਟ ਰੋਡ ਤੱਕ ਯਾਨੀ ਕਿ ਦੋਸਤੋ ਨੂੰ ਇਹ ਵਖਾਣਾ ਹੈ ਕਿ ਆਪਣੀ ਜ਼ਮੀਨ ਦੇ ਦਰਮਿਆਨ ਦੇ ਵਿੱਚ ਯਾਨੀ ਕਿ ਆਪਣੀ ਜ਼ਮੀਨ ਦਾ ਤੇ ਕਾਰਪਟ ਰੋਡ ਦਾ ਕਿੰਨਾ ਫਾਸਲਾ ਹੈਗਾ ਜੀ ਉਹ ਸਾਹਮਣੇ ਦੋਸਤੋ ਨੂੰ ਖੰਭਾ ਨਜ਼ਰ ਆ ਗਿਆ ਉਹਨੇ ਬਿਜਲੀ ਵਾਲਾ ਏ ਜੇ ਮੈਨ ਕਾਰਪਟ ਰੋਡ ਹੁਣ ਦੋਸਤੋ ਨੂੰ ਪਤਾ ਲੱਗ ਜਾਣਾ ਹੈ ਕਿ ਆਪਣੀ ਜ਼ਮੀਨ ਤੋਂ ਲੈ ਕੇ ਤੇ ਕਾਰਪਟ ਰੋਡ ਤੱਕ ਕਿੰਨਾ ਫਾਸਲਾ ਜੇ ਦੋਸਤੋ ਚੰਦ ਸੈਕਿੰਡ ਆ ਵੇਖੋ ਇਹ ਤੁਹਾਡੇ ਸਾਹਮਣੇ ਕਾਰਪਟ ਰੋਡ ਆ ਗਿਆ ਕਿਉਂ ਆਮ ਕਿ چھوٹਾ ਮੋਟਾ ਲਿੰਕ ਰੋਡ ਨਹੀਂ ਹੈਗਾ ਇਹਨੂੰ ਕਹਿੰਦੇ ਨੇ ਮੈਨ ਕਾਰਪਟ ਰੋਡ ਯਾਨਕਿ ਚੰਦ ਸੈਕਿੰਡ ਦੇ ਵਿੱਚ ਮੈਂ ਦੋਸਤੋ ਨੂੰ ਇੱਕ ਦਫਾ ਫਿਰ ਇਹ ਵੀਡੀਓ ਬੈਕ ਕਰਕੇ ਦਿਖਾਉਂਦਾ ਪਿਆ ਦੁਬਾਰਾ ਫਿਰ ਅੱਛੇ ਤਰੀਕੇ ਨਾਲ ਦੇਖ ਲੋ ਆਪਾਂ ਆਪਣੀ ਜ਼ਮੀਨ ਚੋਂ ਨਿਕਲਦੇ ਪਏ ਆ ਆਪਾਂ ਆਪਣੀ ਜ਼ਮੀਨ ਚੋਂ ਨਿਕਲਦੇ ਪਏ ਆ ਆਪਾਂ ਜਾ ਰਹੇ ਆ ਕਾਰਪਟ ਰੋਡ ਤੇ ਇਹ ਲਾਈਵ ਆਪਾਂ ਗੱਡੀ ਦੇ ਵਿੱਚ ਬੈਠ ਕੇ ਇਹ ਵੀਡੀਓ ਬਣਾਈ ਸੀ ਉਹ ਸਾਹਮਣੇ ਬਿਜਲੀ ਵਾਲਾ ਖੰਭਾ ਹੈ ਨਾ ਯਾਨੀ ਕਿ ਬਿਜਲੀ ਦਾ ਤੇ ਮੇਨ ਕਾਰਪਟ ਰੋਡ ਦਾ ਇੰਨਾ ਕੋ ਫਾਸਲਾ ਹੈ ਆਪਣੀ ਜ਼ਮੀਨ ਤੋਂ ਜਿਹੜਾ ਹੁਣ ਤੁਹਾਡੇ ਸਾਹਮਣੇ ਆ ਗਿਆ ਹੈ ਇਹ ਸਾਹਮਣੇ ਮੈਨ ਕਾਰਪਟ ਰੋਡ ਆ ਗਿਆ ਆਪਣੀ ਗੱਡੀ ਹੋਣ ਕਾਰਪਟ ਰੋਡ ਤੇ ਚੜਨ ਲੱਗੀ ਜੀ ਆ ਵੇਖੋ ਇਹ ਜੀ ਮੈਨ ਕਾਰਪਟ ਰੋਡ ਤੇ ਇੱਥੇ ਹੀ ਬਿਜਲੀ ਮੌਜੂਦ ਹੈ ਯਾਨੀ ਕਿ ਬਿਜਲੀ ਦਾ ਤੇ ਮੈਨ ਕਾਰਪਟ ਰੋਡ ਦਾ ਆਪਣੀ ਜ਼ਮੀਨ ਤੋਂ ਜਿੰਨਾ ਫਾਸਲਾ ਹੈਗਾ ਉਹ ਫਾਸਲਾ ਤੁਹਾਡੇ ਸਾਹਮਣੇ ਆ ਗਿਆ ਮੈਂ ਇਹ ਦੋ ਤਿੰਨ ਵਾਰ ਹਟ ੜ ਕੇ ਇੱਕ ਛੋਟੀ ਜੀ ਵੀਡੀਓ ਦੁਬਾਰਾ ਫਿਰ ਲਗਾ ਰਿਹਾ ਹਾਂ ਕਿਉਂਕਿ ਮਰੇ ਇੱਕ ਦੋਸਤ ਨੇ ਕਿਹਾ ਸੀ ਪਿਛਲੀ ਮੂਵੀ ਦੇ ਅੰਦਰ ਕਿ ਰਸਤਾ ਅਸੀਂ ਅੱਛੇ ਤਰੀਕੇ ਨਾਲ ਨਹੀਂ ਦੇਖਿਆਗਾ ਦੋਸਤੋ ਆਪਾਂ ਛੋਟੀ ਜੀ ਵੀਡੀਓ ਬਣਾਈ ਸੀ ਇਹ ਜ਼ਮੀਨ ਤੋਂ ਨਿਕਲਦਿਆਂ ਹੋਇਆਂ ਕਾਰਪਟ ਰੋਡ ਤੱਕ ਦੋਸਤੋ ਨੂੰ ਖੁਦ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਕਿੰਨੇ ਸੈਕਿੰਡ ਦਾ ਫਾਸਲਾ ਹੈ ਕੋਈ ਮਿੰਟ ਨਹੀਂ ਸਿਰਫ ਚੰਦ ਸੈਕਿੰਡ ਲੱਗਦੇ ਨੇ ਆਪਣੀ ਜ਼ਮੀਨ ਤੋਂ ਕਾਰਪਟ ਰੋਡ ਤੱਕ ਯਾਨੀ ਕਿ ਸਿਰਫ ਇੰਨਾ ਕੁ ਫਾਸਲਾ ਹੈ ਵੱਧ ਤੋਂ ਵੱਧ ਕੋਈ ਅੱਧਾ ਕਿਲੋਮੀਟਰ ਤੁਸੀਂ ਇਹਨੂੰ ਸਮਝ ਸਕਦੇ ਜੀ ਤੇ ਦੋਸਤਾਂ ਨੂੰ ਭਰਾਵਾਂ ਨੂੰ ਹਰ ਮੂਵੀ ਦੇ ਵਿੱਚ ਬਾਰ ਬਾਰੇ ਗੱਲ ਕਰਦੇ ਹੁੰਦੇ ਆ ਤੁਸੀਂ ਜ਼ਮੀਨ ਦੀ ਲੋਕੇਸ਼ਨ ਵੇਖੋ ਤੇ ਫਿਰ ਤੁਸੀਂ ਜ਼ਮੀਨ ਦੀ ਕੀਮਤ ਵੱਲ ਗੌਰ ਕਰੋ ਅੱਜ ਦੇ ਦੌਰ ਦੀ ਸਸਤੀ ਇਹ ਜ਼ਮੀਨ ਦਾ ਕੁਛ ਹਿੱਸਾ ਰਹਿ ਗਿਆ ਸੀ ਲੇਕਿਨ ਆਪਾਂ ਇਹਦੀ ਵੀਡੀਓ ਬਣਾ ਲਈ ਸੀ ਮੈਂ ਪਹਿਲੇ ਦੋਸਤਾਂ ਨੂੰ ਰਸਤਾ ਦਿਖਾਣਾ ਸੀ ਅچھے ਤਰੀਕੇ ਨਾਲ ਇਸ ਵਾਸਤੇ ਮੈਂ ਜਿਹੜੀ ਇਹ ਵੀਡੀਓ ਰੱਖ ਲਈ ਸੀ ਐਂਡ ਵਾਸਤੇ ਤੇ ਦੋਸਤੋ ਤਖਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਮੋਟਰਵੇ ਤੂੰ ਸਿਰਫ 15 ਮਿੰਟ ਦਾ ਫਾਸਲਾ ਕਾਰਪੋਰੇਟ ਰੋਡ ਤੋਂ ਅੱਧਾ ਕਿਲੋਮੀਟਰ ਯਾਨੀ ਕਿ ਚੰਦ ਸੈਂਕੜੇ ਦਾ ਫਾਸਲਾ ਗੱਡੀ 'ਚ ਬੈਠ ਕੇ ਇਹ ਜ਼ਮੀਨ ਕੁਝ ਪਲਾਨ ਵੀ ਹੈਗੀ ਏ ਤੇ ਕਿਤੇ ਨਾ ਕਿਤੇ ਮਿੱਟੀ ਵਾਲੇ ਢਿਲੇ ਵੀ ਹੈਗੇ ਨੇ ਲੇਕਿਨ ਛੋਟੇ-ਛੋਟੇ ਤੇ ਖਾਲਸ ਮਿੱਟੀ ਵਾਲੇ ਇਹ ਕੋਈ ਪਹਾੜ ਨਹੀਂ ਹੈਗੇ ਕਿ ਆਪਾਂ ਇਹਨੂੰ ਬਰਾਬਰ ਨਹੀਂ ਕਰ ਸਕਦੇ ਪਹਿਲੇ ਸਾਰੀ ਜ਼ਮੀਨਾਂ ਈ ਵੀ ਹੈਗੀਆਂ ਸਨ ਤੇ ਅੱਜ ਲੋਕ ਉੱਥੇ ਕਣਦਮ ਦੀ ਫਸਲ ਕਾਸ਼ਤ ਕਰਕੇ ਉਸੇ ਜ਼ਮੀਨ ਦਾ 20 ਲੱਖ ਰੁਪਇਆ ਫੀ ਏਕੜ ਡਿਮਾਂਡ ਕਰਦੇ ਪਏ ਨੇ ਆਸ-ਪਾਸ ਡੇਰੇ ਹੈਗੇ ਨੇ ਆਸ-ਪਾਸ ਆਬਾਦੀ ਹੈਗੀ ਏ ਸਭ ਤੋਂ ਵੱਡੀ ਗੱਲ ਮੇਨ ਕਾਰਪਟ ਰੋਡ ਤੋਂ ਇੰਤਖਾਈ ਕਰੀਬ ਏ ਮੋਟਰਵੇ ਦੇ ਇੰਤਖਾਈ ਕਰੀਬ ਏ ਬੜੀ ਖਾਸ ਲੋਕੇਸ਼ਨ ਏ ਅੱਜ ਦੇ ਦੌਰ ਦੀ ਇਹ ਬੜੀ ਸਸਤੀ ਜ਼ਮੀਨ ਹੈਗੀ ਏ ਇਸ ਤਰ੍ਹਾਂ ਦੀ ਜ਼ਮੀਨ ਇਸ ਲੋਕੇਸ਼ਨ ਵਿੱਚ ਕਣੀ ਖਾਸ ਗੱਲ ਹੁੰਦੀ ਲੋਕੇਸ਼ਨ ਦੀ ਇਸ ਲੋਕੇਸ਼ਨ ਵਿੱਚ ਅੱਜ ਦੇ ਦੌਰ ਵਿੱਚ ਜ਼ਮੀਨ ਨਹੀਂ ਮਿਲਦੀ ਹੈਗੀ ਜੀ ਤੇ ਦੋਸਤੋ ਨੂੰ ਪਤਾ ਹੈ ਆਪਾਂ ਇਹਦੀ ਡਿਮਾਂਡ ਕਿੰਨੀ ਕੀਤੀ ਸੀ ਦੋਸਤੋ ਸਾਹਮਣੇ ਇਹ بارشੀ ਪਾਣੀ ਜੇ ਯਾਨੀ ਕਿ بارش ਦਾ ਮੌਸਮ ਹੈ ਇਹ ਮੇਰੇ ਭਰਾਵਾਂ ਨੂੰ ਪਤਾ ਕਿ بارش ਕਿੰਨੀ ਹੋ ਰਹੀ ਹੈ ਪੰਜਾਬ ਦੇ ਵਿੱਚ ਹੈ ਇਹ بارش ਦਾ ਪਾਣੀ ਜਮਾ ਹੋਇਆ ਹਲਾ ਜੇ ਦੋਸਤੋ ਇਹ ਤਖਸੀਲੋ ਜ਼ਿਲ੍ਹਾ ਚਕਵਾਲ ਦਾ ਇਲਾਕਾ ਜੀ ਕਿ ਆਪਾਂ ਇਹਦੀ ਡਿਮਾਂਡ ਕੀਤੀ ਸੀ 1,30,000 ਰੁਪਇਆ ਫੀ ਕਨਾਲ 1,30,000 ਰੁਪਇਆ ਫੀ ਕਨਾਲ ਆਪਾਂ ਇਹਦੀ ਡਿਮਾਂਡ ਕੀਤੀ ਸੀ 10,40,000 ਰੁਪਇਆ ਆਪਾਂ ਇਹਦੀ ਫੀ ਏਕੜ ਦੇ ਹਿਸਾਬ ਨਾਲ ਡਿਮਾਂਡ ਕੀਤੀ ਸੀ ਇਹਦੀ ਉਹੀ ਡਿਮਾਂਡ ਹੈਗੀ ਜੀ ਸਾਹਮਣੇ ਸਕਰੀਨ ਤੇ ਦੋਸਤਾਂ ਨੂੰ ਹਾਜੀ ਅਰਫਾਨ ਅਬਾਸ ਸਾਬ ਦੇ ਦੋਵੇਂ ਨੰਬਰ ਮਿਲ ਗਏ ਹੋਣਗੇ ਨੰਬਰ ਉੱਪਰ ਵਾਲਾ ਕਾਲ ਐਂਡ ਵਟਸਐਪ ਨੰਬਰ نیچے ਵਾਲਾ ਕਾਲ ਤੇ ਕਿਸੇ ਦੋਸਤ ਨੂੰ ਗੱਲ ਕਰਨੀ ਹੋਵੇ ਮੇਰੇ ਨਾਲ ਮੇਰਾ WhatsApp ਨੰਬਰ ਲੱਗਿਆ ਹੁੰਦਾ ਹੈ ਹਰ ਮੂਵੀ ਦੀ ਡਿਸਕ੍ਰਿਪਸ਼ਨ ਦੇ ਵਿੱਚ ਖਾਲੀ WhatsApp ਨੰਬਰ ਇਹ ਵੀ ਤੁਹਾਡੀ ਸਹੂਲਤ ਵਾਸਤੇ ਤਾਂ ਕਿ ਤੁਹਾਡਾ ਆਪਣੇ ਨਾਲ رابطہ ਹੋ ਸਕੇ ਤੁਸੀਂ ਵਾਇਸ ਮੈਸੇਜ ਕਰੋਗੇ ਚੈਟ ਕਰੋਗੇ ਤੁਹਾਨੂੰ ਫੌਰਨ ਉਹਦੀ ਰਿਪਲਾਈ ਮਿਲੇਗੀ ਇਹ ਹੁੰਦਾ ਇੱਕ ਨੰਬਰ ਕੰਮ ਦਾ ਪੱਕਾ ਸਬੂਤ ਹਾਜੀ ਅਰਫਾਨ ਅਬਾਸ ਸਾਬ ਦੇ ਦੋਵੇਂ ਨੰਬਰ ਤੁਹਾਡੇ ਸਾਹਮਣੇ 10,40,000 ਰੁਪਿਆ ਫੀ ਏਕੜ ਤੇ 130000 ਰੁਪਇਆ ਫੀ ਕਨਾਲ ਤੇ ਦੋਸਤੋ ਬਾਕੀ ਦੀ ਗੱਲ ਉਵੇਂ ਹੀ ਹੈ ਜਿਵੇਂ ਮੈਂ ਹਰ ਮੂਵੀ ਦੇ ਵਿੱਚ ਗੱਲ ਕਰਦਾ ਹੁੰਨਾ ਹਲਕੇ ਫੁਲਕੇ ਬਿਆਨੇ ਤੇ ਤੁਹਾਨੂੰ ਮਿਲੇਗਾ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਹਲਕੇ ਫੁਲਕੇ ਬਿਆਨੇ ਤੇ ਦੋਸਤਾਂ ਨੂੰ ਮੁਕੰਮਲ ਦੀ ਮੁਕੰਮਲ ਜ਼ਮੀਨ ਦਾ ਕਬਜ਼ਾ ਮਿਲ ਜਾਏਗਾ ਯਾਨੀ ਕਿ ਪਹਿਲੇ ਤੁਹਾਨੂੰ ਕਬਜ਼ਾ ਮਿਲੇਗਾ ਬਾਕੀ तमाम ਗੱਲਾਂ ਬਾਅਦ ਹੜੀਆਂ ਨੇ ਤੇ ਦੋਸਤੋ ਇਨਸ਼ਾ ਅੱਲਾਹ ਤਾਲਾ ਬਸ਼ਰਤ ਜ਼ਿੰਦਗੀ ਬਖਸ਼ਲੇ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼